सारे मतलब ए टू जेड चिप्स ने अपने को ठीक है जिन्ने भी दुनिया के एग्जिस्ट करते हैं अपने को सारे चिप्स ने यह अपने जिहड़े हैगे ने कंटेस्टेंट इन्होंने करना गैस इन्हां दे बन्नियां जाणगियां अखां ते पट्टियां इन्हां दे बन्न के पट्टियां ते चिप्स आपां रखण लगे चलो चलो सो चैलेंज लई हो गए ने बंदे तैयार अखां बन्न दित्तियां होईआं तो तुसीं देख सकदे हो कैहो जिहे लगदे ने गांधी दे जिहड़े तिन्न हेलो हेलो ते इन्हां नूं कराए जाणगे चिप्स चैक चिप्स सारा कुछ ठीक है नहीं सो पहला जिहड़ा ही है ते ओरेंज सीगा इहदा नाम हैगा जेस्टी चीज ओए मैं ओही कहया यार सही बोलया यार किन्ने मैं राजन दा सही है अच्छा राजन दा सही है राजन ने सही कस कीता तू तेनु ना तू ना पढ़ के लेना ना जेस्टी चीज ना ना नहीं आ राजन बिजनेस बड़ा कीता ना राजन तो है राजन थोड़ा जा हैगा राजन बेच खरीद दे ओके बिजनेस चढ़ा मैं अगला तैयार हो इधर खा पहला यार ਭੁੱਖ ਮਰੀ ਪੈ ਗਈ ਉਹਦੇ ਮੰਗਤੇ ਹੰਗੂ ਦੇਖੀ ਕਿਦਾਂ ਹੱਥ ਕਰ ਅੱਡੇ ਆ ਸ਼ਰਮ ਕਰ ਲੈ ਸ਼ਰਮ ਆ ਲੈ ਝੁਲਸਲਾ ਵਾਵਾ ਵੱਡਾ ਹੀ ਪੀਸ ਇਹ ਤੇ ਸਟਰੋਂਗ ਹੈ ਲਓ ਰਾਜ ਇਹਨੂੰ ਤੇ ਆਪਣੀ ਓਏ ਬੇਗਮ ਹੈਲੋ ਸਾਵਰ ਕਰੀਮ ਆ ਸਾਵਰ ਕਰੀਮ ਹੀ ਆ ਅਣੀ ਇਹਨਾਂ ਸਾਵਰ ਕਰੀਮ ਓਏ ਆ ਤੇ ਇੰਡੀਆ ਵਾਲੇ ਹਰੇ ਲੇਸ ਨੇ ਨਹੀਂ ਇਹ ਰਫਲ ਨਹੀਂ ਲੱਗਦਾ ਦੱਸੋ ਬਈ ਕਿਹੜਾ ਰਫਲ ਹੈ ਰੈੱਡ ਵਾਲਾ ਓਰੀਜਨਲ ਹਰੇ ਲੇਸ ਆ ਇਹ ਰਫਲਸ ਸਾਵਰ ਕਰੀਮ ਮੇਰਾ ਡਨ ਹਰੇ ਲੇਜ਼ ਨਹੀਂ ਨਹੀਂ ਰਫਲਸ ਸਾਵਰ ਕਰੀਮ ਸਾਵਰ ਕਰੀਮ ਹਰੇ ਵਾਲੇ ਹੀ ਸਾਵਰ ਕਰੀਮ ਬਣਾਣੀ ਹੈ ਇੰਡੀਆ ਵਾਲੇ ਨੇ ਇਹ ਹਰੇ ਓਕੇ ਮੂਵਿੰਗ ਔਨ ਟੂ ਨੈਕਸਟ ਵਨ ਕਿਹੜਾ ਸਹੀ ਹੈ ਇਹ ਸੀਗਾ ਗ੍ਰੀਨ ਲੇਸ ਇੰਡੀਆ ਵਾਲੇ ਇਹ ਜਿਆਦਾ ਪੁਆਇੰਟ ਕਰਮ ਨੂੰ ਓ ਇਹ ਰਫਲਸ ਨਾ ਬੜਾ ਮਿਲਿਆ ਭਾਜਿਆ ਤਾਂ ਹੀ ਭਲੇ ਭਲੇ ਆ ਵੀਰ ਖਾਦੀਆਂ ਖਰਾਕਾਂ ਖਰਾਕਾਂ ਓਕੇ ਅਗਲਾ ਚਿਪਸ सो अगला चिप्स चेक करने तो पहला थानू आ कह दिए वीडियो नू लाइक जरूर करियो शेयर भी जरूर करियो क्योंकि एदा सारा रेवेन्यू जाएगा किसान मजदूर एकता क्योंकि जिंदाबाद क्योंकि जिवें कि थानू पता ही है बॉर्डर ते की चल रहा उत्थे दिल्ली ते है ना सो सपोर्ट करो आपां भी सपोर्ट करिए अगू फार्मरां दी ठीक है डन डील चिप्स दे ओ यार तां लेज़ नहीं है गया भूकणे ने राजन ज्यादा दसी जा रहा सो राजन तुसी थोड़ा स्लो डाउन होना मेरे कॉलेज दसना ठीक है ਸਵਿਚ ਕਰਦੇ ਰਾਜਨ ਤੇ ਮੇਰੀ ਇੱਧਰ ਰਾਜਨ ਤਾਂ ਯਾਰ ਨਹੀਂ ਨਹੀਂ ਉਹਦੇ ਨਾਲ ਕੁਝ ਨਹੀਂ ਹੋਣਾ ਰਾਜਨ ਦੀ ਖਰਾਕ ਹੈ ਮੇਨ ਨਹੀਂ ਨਹੀਂ ਬਿਜ਼ਨਸ ਫਿਰ ਓਕੇ ਫਲਿਆ ਇਹਨਾਂ ਤੇ ਨੈਕਸਟ ਚਿਪਸ ਉਹ ਮੇਰੇ ਤੋਂ ਟੇਬਲ ਮੁੱਕ ਗਿਆ ਮੈਂ ਗਿਰਨਾ ਨਹੀਂ ਤੂੰ ਟੇਬਲ ਤੇ ਬੈਠਾ ਤੂੰ ਅੱਗੇ ਗਿਰਿਆ ਹੋਇਆ ਆਈ ਨੋ ਦੈਟ ਮੈਨੂੰ ਪਤਾ ਯਾਰ ਹੋਸਟ ਬੜਾ ਸਲੋ ਹਟਾ ਰਾਜਨ ਸਲੋ ਪਰ ਵੀਡੀਓ ਛੇਤੀ ਖਤਮ ਕਰਨੀ ਹੈ ਹੋਸਟ ਯਾਰ ਪਹਿਲਾਂ ਆਪ ਰਾਜਨ ਨਾਲ ਕਰ ਦਿੰਦਾ ਫਿਰ ਕਹਿੰਦਾ ਰਾਜਨ ਪਹਿਲਾਂ ਦੱਸਦਾ ਤੂੰ ਆਈ ਗਾਟ ਇਟ ਠੀਕ ਹੈ ਲਿਆ ਗਾ ਨਾ ਓਏ ਇਹਦੀ ਤਾਂ ਬਨਾਵਟ ਹੀ ਮੈਨੂੰ ਰਫਲ ਜਾਂ ਬਲੂ ਲੇਜ਼ ਵਾਲੀ ਲੱਗਦੀ ਸਾਰੇ ਗਾ ਨਹੀਂ ਮੈਨੂੰ ਤਾਂ ਮੜਾ ਦੁਬਾਰਾ ਲਓ ਕਰੋ ਜਾ ਓ ਆਈ ਨੋ ਮੈਂ ਜਦੋਂ ਕਹਿਣਾ ਉਦੋਂ ਦੱਸਣਾ ਓਕੇ ਮੈਂ ਦੱਸਾਂਗੇ ਮੈਂ ਰਹਿਣਾ
ਨਮੂਨੇ ਦੇ ਬੰਦੇ ਸਾਰੇ ਕੁਛ ਨਹੀਂ ਪਤਾ ਇਹਨਾਂ ਨੂੰ ਕਰਾਈ ਥੋੜਾ ਹੋਰ ਟੇਸਟ ਪਤਾ ਨਹੀਂ ਲੱਗਾ ਜੀ ਆਹ ਲੋ ਮਾਰਾ ਆਹ ਲੋ ਪਲੇਟ 'ਚ ਰੱਖ ਤੇ ਤੁਹਾਡੇ ਲਈ ਓਏ ਖੜਜਾ ਆਹ ਦੇਖੋ ਆਹ ਥੋੜੀ ਚੱਲਣ ਦੀ ਯਾਰ ਇਕੱਲੇ ਹੀ ਖਾਈ ਜਾਂਦੇ ਹੋ ਬੋਲੀਏ ਕਿਹੜੇ ਨੇ ਚਿਪਸ ਹਜੇ ਵਾਧੂ ਪਏ ਨੇ ਠੀਕ ਹੈ ਮੈਨੂੰ ਪਹਿਲਾਂ ਖਾ ਲਾਂ ਥੋੜੇ ਓਏ ਪਾਣੀ ਪਿਆ ਮੈਂ ਕੰਪੀਟੀਸ਼ਨ ਹਾਰਨਾ ਨਹੀਂ ਚਾਹੁੰਦਾ ਟੇਸਟ ਬਰਡ ਆਹੋ ਇਹ ਟੇਸਟ ਜੇ ਆਪਣਾ ਉਹ ਕਰਾ ਦੇ ਥੋੜਾ ਸਿੰਪਲ ਨਾ ਟੇਸਟ ਬਰਡ ਤੋਂ ਪਹਿਲਾਂ ਤੇ ਇਹਨਾਂ ਦਾ ਥੋੜਾ ਟੇਸਟ ਬਰਡ ਚੇਂਜ ਕਰਨ ਵਾਸਤੇ ਰੱਖੇ ਆਪਾਂ ਪਾਵਰ ਪੈਚ ਕਿਟ ਟੌਫੀ ਅਨੇ ਮੈਂ ਇਹਦੇ ਪੂਰੀ ਤਿਆਰੀ ਨਾ ਆਇਆ ਉਹ ਆ ਕੀ ਗੰਦੀ ਇਹਨੇ ਤਾਂ ਹੋਰ ਖਰਾਬ ਕਰ ਛੱਡੇ ਮੈਂ ਤੈਨੂੰ ਦਵਾਂ ਚਿਪ ਤੋਂ ਬਾਅਦ ਹੋਰੀ ਤਰ੍ਹਾਂ ਦਾ ਲੱਗਣ ਅਗਲਾ ਚਿਪਸ ਲੱਗ ਗਿਆ ਬਾ ਤੁਹਾਨੂੰ ਹੁਣ ਪਹਿਲਾਂ ਵਿਕਰਮਜੀਤ ਸਿੰਘ ਨੂੰ ਮੈਨੂੰ ਪਾਣੀ ਪਿਓ ਪਹਿਲਾਂ ਹਲੋ ਨਖਰੇ ਬੜੇ ਨੇ ਯਾਰ ਮੈਂ ਕਰਾਂ ਬਹੁਤ ਜ਼ਿਆਦਾ ਹੈ ਡੋਰੇਟੋ ਵੀ ਚਾਹੀਦਾ ਪਾਣੀ ਵੀ ਚਾਹੀਦਾ ਸਾਵਰ ਪੈਜ ਵੀ ਚਾਹੀਦਾ ਰਾਜਨ ਤੁਸੀਂ ਓਏ ਆ ਮੈਨੂੰ ਯੈਲੋ ਲੱਗਦਾ ਹੈ ਹਣ ਤੇ ਆਪਣੇ ਆਪ ਮੂੰਹ ਖੋਲ ਦਿੰਦਾ ਆ ਮੈਨੂੰ ਯੈਲੋ ਲੱਗਦਾ ਹੈ ਲੈ ਕੰਨ ਕਰ ਇਹ ਤਾਂ ਮੈਂ ਪੂਰੇ ਮੈਨੂੰ ਫੀਲ ਲੈ ਕੇ ਲੱਗ ਰਿਹਾ ਰਾਜਨ ਇਹ ਤਾਂ ਵਿਨਰ ਇਹ ਤਾਂ ਰਾਜਨ ਓ ਮੈਨੂੰ ਪਤਾ ਕਿਹੜੇ ਨੇ ਪਾਣੀ ਪਿਓ ਹਾਂਜੀ ਇਹ ਪਾਣੀ ਕੀ ਗੱਲ ਹੈ ਇਹ ਇਹ ਪਤਾ ਕਿਹੜੇ ਨੇ ਰਾਜਨ ਤੇ ਸਾਰਿਆਂ ਨੇ ਕਰ ਲਿਆ ਵੈਸੇ ਪਹਿਲਾਂ ਰਾਜਨ ਨੇ ਸਭ ਤੋਂ ਪਹਿਲਾਂ ਕੀਤਾ ਸੋ ਪੁਆਇੰਟ ਚਾਹੁੰਦਾ ਰਾਜਨ ਨੂੰ ਮੈਂ ਦੋਵਾਂ ਨੂੰ ਪੁਆਇੰਟ ਨਹੀਂ ਦੇਣਾ ਮੈਂ ਕੱਲਾ ਰਾਜਨ ਆਹ ਕੀ ਗੱਲ ਹੋਈ ਚਲੋ ਪੁਆਇੰਟ ਜਾਂਦਾ ਸਾਰਿਆਂ ਨੂੰ ਬਹਿਸਬਾਜੀ ਜ਼ਿਆਦਾ ਹੋਣ ਲੱਗ ਗਈ ਫਲੇਵਰ ਨੀ ਆਇਆ ਕੁਰਕਰੇ ਵਾਲਾ ਆ ਫੜ ਲਈ ਲੱਗੀ He got it. This guy is the genius. This guy is big time genius. I think ek kurkre ne yellow color packing wale. Sala yellow kidon kurkre aan lappe. Nahi hunde yellow. Hage hage ya. Oh nahi eh puff puff wale hi a koi fir. Chalo kurkre aaye hare rang wale. Inna da time samapt hunda. Nahi. Eh kurkre nahi eh Cheetos da hi koi oh hai. Hun ho gaya time samapt. So ਮੈਂ ਵੀ ਉਹੀ ਕਿਹਾ ਤੂੰ ਕੱਲੇ ਚੀਟੋਸ ਬੋਲਿਆ ਵੀਰ ਪੂਰੀ ਬੋਲ ਸਾਂ ਤਾਂ ਉਹੀ ਹੁਣ ਮੈਂ ਕੱਲਾ ਕੱਲਾ ਵਰਡ ਬੋਲਣਾ ਨਾ ਜੇ ਤੂੰ ਯਾਰ ਤਿੰਨ ਚਾਰ ਇਕੱਠੇ ਗਣਾ ਦਿਆ ਕਰ ਠੀਕ ਆ ਤੇ ਬਾਅਦ ਐਂਡ ਤੇ ਕਹਿ ਦੇ ਕਰ ਮੈਂ ਤਾਂ ਵੀ ਕਿਹਾ ਉਹ ਲੈ ਹੜਾ ਬਹੁਤ ਜ਼ਿਆਦਾ ਗਣਾਉਂਦਾ ਏ ਓ ਯਾਰ ਮੈਂ ਲਾਨਤ ਦੇਖੀ ਜਾਣਾ ਲਾਨਤ ਹੈ ਭੈਣ ਫੂਡ ਚੈਨਲ ਤੇ ਰਫੇ ਦੀ ਐਨਾ ਰੋਲਾ ਨਹੀਂ ਅਗਲਾ ਪੈਕਟ ਦਮਾਲ ਪਹਿਲਾਂ ਕਰਮ ਨੂੰ ਹੀ ਕਰਾਇਆ ਜਾਏ ਇਹ ਬੜਾ ਰੋਲਾ ਪਾਉਂਦਾ ਨਾਲੇ ਇਹਨੂੰ ਕਹਿ ਦੀ ਕਿ ਇੱਕੋ ਹੀ ਬੋਲਣਾ ਇੱਕੋ ਹੀ ਬੋਲਦਾ ਬਈ ਹਾਂ ਆ ਲੋ ਓ ਦਹੀਂ ਕੋ ਆ ਲੋ ਓ ਟਾਈਮ ਬੋਲਦੀ ਤਿੰਨ ਇੱਕ ਦੋ ਤਿੰਨ ਤੋਂ ਉੱਤੋਂ ਇਕੱਠੇ ਬੋਲਦੇ ਸਾਰੇ ਧੱਕੇ ਕੋ ਦੀ ਆ ਤਾਂ ਟ੍ਰੀਟੋ ਹੀ ਲੱਗਦੀ ਯਾਰ ਆਪਣੇ ਮੂੰਹਾਂ 'ਚ ਰੱਖੋ ਸਭ ਕੁਛ ਇਹ ਨਾ ਬੜੇ ਗੰਦੇ ਚਿਪਸ ਨੇ ਆਈ ਥਿੰਕ ਜਿਹੜਾ ਮੈਂ ਸਭ ਤੋਂ ਪਹਿਲਾਂ ਕਿਹਾ ਸੀ ਉਹ ਨੇ ਇਹ ਬੰਦੇ ਨਾ ਚੱਕਦੇ ਨਹੀਂ ਹੈਗੇ ਸੈਲਫ 'ਚ ਉਹ ਜਿਹੜੇ ਚਿਪਸ ਨੇ ਇਹ ਉਹ ਨੇ ਨਾਭੀ ਜਿਹੜੇ ਹੁੰਦੇ ਨਾਭੀ ਇਹ ਚੱਕਦੇ ਨਹੀਂ ਹੈਗੇ ਜਨਤਾ ਸੈਲਫ ਤੂੰ ਕਦੀ ਨਹੀਂ ਚੱਕਦੀ ਆਹ ਚਿਪਸ ਬੋਲਦੀ ਹੈ ਮੈਨੂੰ ਤਾਂ ਯਾਰ ਮੇਰਾ ਲਾਲ ਡੋਰੀਟੋ ਹੀ ਲੱਗਦੇ ਪਿਆ ਮੈਨੂੰ ਵੀ ਆਈ ਗੋ ਵਿਲ ਯਾ ਲਾਲ ਡੋਰੀਟੋ ਲਾਲ ਡੋਰੀਟੋ ਲਾਲ ਡੋਰੀਟੋ ਕਰਮ ਦਾ ਉਹੀ ਪਿਛਲੀ ਵਾਂਗੂ ਵਾਰੀ ਉਹੀ ਰਿਹਾ ਵੀ ਦੋ ਤਿੰਨ ਗਰਾੜੇ ਪਹਿਲਾਂ ਸੋ ਇੱਕੋ ਪੁਆਇੰਟ ਸਾਰਿਆਂ ਨੂੰ ਇਹ ਪੁਆਇੰਟ ਸਾਰਿਆਂ ਨੂੰ ਪਰ ਮੈਂ ਕੋਈ ਰੋਲਾ ਨਹੀਂ ਪਾਣਾ ਖਵਾਈ ਥੋੜੇ ਰੋਲਾ ਨਹੀਂ ਪਾਣਾ ਪੁਆਇੰਟ ਸਾਰਿਆਂ ਨੂੰ ਬਸ ਕਰ ਮਾਮਾ
ਇਹ ਪਾਣੀ ਜਾਂਦਾ ਸਾਰਿਆਂ ਨੂੰ ਉਹ ਰਾਜਨ ਦਾ ਇਹਦਾ ਕੋਈ ਟੈਸਟ ਟੁਸਟ ਲਓ ਓਏ ਇਹਦਾ ਡੀਐਨਏ ਨਹੀਂ ਹੈਗਾ ਇਹਦਾ ਰਾਜਨ ਨੂੰ ਤਾਂ ਉਹਨਾਂ ਨੂੰ ਹਾਇਰ ਕਰ ਲੈਣਾ ਚਾਹੀਦਾ ਲੈ ਲੂ ਵਾਲਾ ਆਹੋ ਕਿ ਆਵੇ ਵੀਰੇ ਕੁਆਲਿਟੀ ਕੁਆਲਿਟੀ ਟੈਸਟ ਕਰੀ 6 ਪੈਕ ਰਹਿ ਗਏ ਆਪਣੇ ਕੋ ਓ ਹਾਂਜੀ 6 ਪਏ ਆ ਯਾਰ ਨੀਲੇ ਨੂਲੇ ਲਿਆ ਕੇ ਮੱਥੇ 'ਚ ਮਾਰ 6 ਬੈਗ ਰਹਿ ਗਏ ਨੇ ਤੇ ਪੁਆਇੰਟ ਤੁਹਾਨੂੰ ਪਤਾ ਹੀ ਹੈ ਕਿੰਨੇ ਕਿੰਨੇ ਕਿਹਦੇ ਚੱਲ ਰਹੇ ਨੇ ਸੋ ਇਹ ਥੋੜਾ ਚੈਲੰਜਿੰਗ ਆ ਇਹ ਪੈਕਟ ਥੋੜਾ ਚੈਲੰਜਿੰਗ ਆ ਹੱਥ ਕਰੋ ਆਪਣੇ ਅੱਗੇ ਏਦਾਂ ਏਦਾਂ ਹਿਲਾਓ ਉਹਨੂੰ ਥੋੜਾ ਜਿਹਾ ਚੱਲ ਹਿਲਾਓ ਹੋਰ ਹਿਲਾਓ ਤੁਸੀਂ ਤਾਂ ਵਾਹ ਵੀ ਭਾਰੀ ਮਾਤਰਾ 'ਚ ਰੱਖਦੇ ਭੁੱਖ ਮਰੀ ਤਾਂ ਤੁਹਾਨੂੰ ਪੈ ਜਾਂਦੀ ਹੈ ਮੰਗਣ ਤਾਂ ਤੁਸੀਂ ਲੱਗ ਜਾਂਦੇ ਹੋ ਰਾਜਨ ਨੂੰ ਇੱਕੋ ਹੀ ਚਾਹੀਦਾ ਰਾਜਨ ਤੁਹਾਡੇ ਬੁੱਗੇ 'ਚ ਹੀ ਪਾ ਲਓ ਇਹ ਨਹੀਂ ਲੱਗਦੇ ਆ ਕਰੋ ਸਭ ਤੋਂ ਘਟੀਆ ਚਿਪਸ ਨੇ ਜਿਹੜੇ ਮਿਲਦੇ ਮਾਰਕੀਟ 'ਚ ਅੱਛਾ ਆਈ ਥਿੰਕ ਆਈ ਨੋ ਆ ਲੈ ਆ ਨਹੀਂ ਖਾਣੇ ਦਾ ਲੈ ਮੈਂ ਆਪ ਰੱਖਦੀ ਯਾਰ ਇਹ ਲੱਗਦੇ ਆ ਯਾਰ ਮੈਂ ਦੱਸਾਂ ਬਾਰਬੀਕਿਊ ਫਲੇਵਰ ਲੱਗਦਾ ਨਾ ਇਹ ਰਫਲ ਦੀ ਕੋਈ ਪਦਾਇਸ਼ ਹੈ ਕਰਦੀ ਪਦਾਇਸ਼ ਕਿਹੜੀ ਹੈ ਆਪਾਂ ਗੱਲ ਕਰਕੇ ਲੇਜ ਵਾਲਿਆਂ ਤੱਕ ਪਹੁੰਚਦੇ ਆ ਇਹ ਬੰਦੇ ਨੂੰ ਹਾਇਰ ਕੀਤਾ ਜਾਏ ਸਪੌਂਸਰ ਹੀ ਕਰਾ ਲਾ ਮਾਮਾ ਕਹਿ ਕੇ ਇੰਨਾ ਕੁਛ ਬ੍ਰੋ ਮੈਂ ਸੰਜੀਵ ਕਪੂਰ ਤੁਰਿਆ ਫਿਰਦਾ ਲੇਜ਼ਾਂ ਦਾ ਸਾਨੂੰ ਪਤਾ ਹੀ ਨੀ ਪਤਾ ਸੰਜੀਵ ਕਪੂਰ ਇਹਨੂੰ ਆਪਾਂ ਰਾਜਨ ਚਿਪਸ ਗੁਰੂ ਕਿਹਾ ਕਰਨਾ ਆਹੋ ਚਿਪਸੀ ਹਾਈ ਰਾਜਨ ਸਿੰਘ ਚਿਪਸੀ ਇੱਕੋ ਹੀ ਦੱਸਣਾ ਨਾ ਕਿਸੇ ਨੇ ਫਾਲਤੂ ਦੱਸਿਆ ਨਾ ਇੰਡੀਆ ਵਾਲੇ ਕੁਰਕਰੇ ਇੰਡੀਆ ਵਾਲੇ ਕੁਰਕਰੇ ਨਾ ਨੀ ਪਤਾ ਬ੍ਰਾਂਡ ਦਾ ਯਾਰ ਇੱਕ ਮਿੰਟ ਇਹਦਾ ਮੈਨੂੰ ਉਹ ਦੱਸੋ ਇਹਦਾ ਫਲੇਵਰ ਦਾ ਨਾਮ ਕੁਰਕਰੇ ਓਰੀਜਨਲ ਲਾਲ ਕੁਰਕਰੇ ਮਸਾਲਾ ਜਿਹੜਾ ਕਲੋਜ਼ ਹੋਏਗਾ ਉਹਨੂੰ ਪੁਆਇੰਟ ਮਿਲੇਗਾ ਬਾਈ ਕੁਰਕਰੇ ਮਸਾਲਾ ਮਸਾਲਾ ਕਰਮ ਤੂੰ ਦੱਸ ਕਿਹੜਾ ਆ ਕੁਰਕਰੇ ਟੇੜੇ ਮੇੜੇ ਕੁਰਕਰੇ ਜਿਹੜਾ ਔਰੇਂਜ ਜਿਹਾ ਬੈਗ ਹੁੰਦਾ ਯਾਰ ਲਾਈਟਲੀ ਔਰੇਂਜ ਟੇੜੇ ਮੇੜੇ ਟੇੜਾ ਹੈ ਪਰ ਮੇਰਾ ਹੈ ਇਹਦਾ ਪੁਆਇੰਟ ਜਾਂਦਾ ਕੱਲਾ ਵਿਕਰਮਜੀਤ ਸਿੰਘ ਨੂੰ ਓ ਕਿਹਨੇ ਕਿਹਾ ਵਿਕਰਮਜੀਤ ਸਿੰਘ ਕਹਿੰਦੇ ਮਸਾਲਾ ਓ ਇਹ ਹੈਗਾ ਮਸਾਲਾ ਮੰਚ ਵਾਹ ਬ੍ਰੋ ਅਰੇ ਓਰੀਜਨਲ ਨਹੀਂ ਹੈ ਕੁਰਕਰੇ ਓਰੀਜਨਲ ਕਿਹੜੇ ਆ ਕੀ ਯਾਰ ਦੋ ਘੁੱਟ ਪਾਣੀ ਪਿਲਾ ਦੇ ਇਹ ਗਲੇ ਨੂੰ ਲੱਗ ਗਿਆ ਨੂੰ ਪਤਾ ਨੀ ਤੁਸੀਂ ਅਜੇ ਤੱਕ ਲਾਈਕ ਕੀਤਾ ਕਿ ਨਹੀਂ ਚਾਰ ਚਿਪਸ ਚੈੱਕ ਕਰਨ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਦਿਓ ਪਲੀਜ਼ 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 ਪੈਰੀ ਪੈਰੀ ਰਾਜਨ ਨੂੰ ਪਹਿਲਾਂ ਸੰਘਾ ਇਹਨੂੰ ਰਾਜਨ ਦੇ ਨੱਕ ਕੋਲ ਹੀ ਕਰਦੇ ਸੁੰਘ ਕੇ ਦੇਖੋ ਪਤਾ ਲੱਗਦਾ ਯਾ ਗਾਟ ਇਟ ਓਹੋ ਵਾਟ ਦਾ ਫੱਕ ਬ੍ਰੋ ਤੁਸੀਂ ਕਰ ਸਕਦੇ ਹੋ ਸ਼ਾਇਦ ਇਹ ਸੌਖਾ ਹੀ ਹੈ ਓਕੇ ਬੋਲਣਾ ਨਹੀਂ ਅਜੇ ਸੁੰਘ ਕੇ ਇਹ ਸਮੈਲ ਟੈਸਟ ਤੇ ਕਾ ਈਟ ਟੈਸਟ ਤੇ ਰਾਜਨ ਨੂੰ ਇਹਨਾਂ ਦੀ ਤਾਂ ਨਹੀਂ ਗੁੜਤੀ ਮਿਲੀ ਓਏ ਆ ਬਿਲਕੁਲ ਸਹੀ ਗੱਲ ਐ ਮੈਂ ਖਾਣਾ ਨਹੀਂ ਹੈਗਾ ਆ ਵੀ ਟਮਾਟਰ ਵਾਲੇ ਗੰਦੇ ਜਿਹੇ ਲੇਜ਼ ਨੇ ਸ਼ਾਇਦ ਇਹ I don't know ਮੈਨੂੰ ਲੱਗਦਾ ਹੈ ਟੇਸਟ ਕਰੋ ਮੈਂ ਖਾਣੇ ਨਹੀਂ ਹੈਗੇ I can't eat ਆ ਲੇਜ਼ ਹੀ ਨੇ ਉਹ ਲਾਲ ਲੇਜ਼ ਹੈ ਸ਼ਾਇਦ ਨਾ ਬੋਲੋ ਨਾ ਬੋਲੋ ਲੇਜ਼ ਟਮਾਟੋ ਯਾਰ ਲਾਲ ਲੇਜ਼ ਨਾ ਟਮਾਟੋ ਟਮੂਟੋ ਨਹੀਂ ਹੈਗਾ ਬੱਗਾ ਉਹ ਲਿਖਣ ਗੇ ਮੈਨੂੰ ਪਹਿਲਾਂ ਦੱਸੋ ਲੇਜ਼ ਤੇ ਕੈਚਪ ਇਸ ਦਾ ਸੌਸ ਇਸ ਦਾ ਸੌਸ ਟਮਾਟੋ ਕੈਚਪ ਯਾਰ ਕੈਚਪ ਕਾਹਤੋਂ ਲਿਖਣ ਗੇ ਉਹ ਕੈਚਪ ਯਾਰ ਦੂਜੀ ਕੰਪਨੀ ਹੈ ਅੱਛਾ ਲੇਜ਼ ਕੈਚਪ ਯਾਰ ਕੈਚਪ ਸੌਸ ਹੈ ਉਹ ਜਿਹੜੀ ਜਿਹੜੀ ਟਮਾਟੋ ਸੌਸ ਆਉਂਦੀ ਜਿਹੜੀ ਉਹਨੂੰ ਕੈਚਪ ਹੀ ਕਹਿੰਦੇ ਨੇ
ਸ਼ੇਪ ਦੇਖ ਲੈਂਦੇ ਹੋ ਬੋਲ ਬੇਟਾ ਕਰੰਚੀ ਦਾ ਡਿਲਿਟੋ ਵਾਲਾ ਹੀ ਬੋਲੀ ਓਏ ਹੋਏ ਇਹਨੇ ਦੱਸਤਾ ਇਹਨੇ ਮੈਨੂੰ ਪਰ ਮਤਲਬ ਨਾਮ ਨੀ ਦੱਸਿਆ ਇਹਨੇ ਐਗਜ਼ੈਕਟ ਨਾਮ ਨੀ ਪਤਾ ਮੈਨੂੰ ਨੀ ਪਤਾ ਲੱਗਾ ਕੀ ਯਾਰ ਇਹ ਡਰੀਟੋ ਨੇ ਪਰ ਪਤਾ ਨੀ ਕਿਹੜੇ ਰੰਗ ਦੇ ਰੰਗ ਦੱਸੋ ਤੁਸੀਂ ਦੋਵੇਂ ਰੰਗ ਦੱਸੋ ਰਾਜਨ ਨੇ ਤਾਂ ਜਦ ਦੱਸਤਾ ਓਏ ਡਰੀਟੋ ਦੋ ਹੀ ਰੰਗਾਂ ਦੇ ਆਉਂਦੇ ਇੱਕ ਲਾਲ ਤੇ ਇੱਕ ਕਾਲਾ 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 ਹੁੰਦਾ ਕਾਲੇ ਆਉਂਦੇ ਆ ਆਉਂਦੇ ਆ ਫਿਰ ਉਹੀ ਹੋਣਾ ਓਏ ਆਪਸ ਚ ਤਾਂ ਬ੍ਰੇਨਸਟੋਰਮਿੰਗ ਕਰੀ ਜਾਂਦੇ ਨਹੀਂ ਨਹੀਂ ਪਤਾ ਕਿ ਇਹਦਾ ਪੁਆਇੰਟ ਜਾਂਦਾ ਕਾਲੇ ਆ ਗਿਆ ਰਾਜਨ ਨੂੰ ਕਿਉਂ ਰਾਜਨ ਡਰੀਟੋ ਕਾਲੇ ਤੁਸੀਂ ਰਾਜਨ ਦਾ ਬ੍ਰਾਂਡ ਅੱਗੇ ਯਾਰ ਰਾਜਨ ਦਾ ਬ੍ਰਾਂਡ ਐਂਬੈਸਡਰ ਇਹ ਪੁਆਇੰਟ ਜਾਂਦਾ ਰਾਜਨ ਨੂੰ ਵਾਟਐਵਰ ਬ్రో ਦੋ ਚਿਪਸਰ ਆਏ ਕੱਲੇ ਉਹ ਵੀ ਉਹਨੂੰ ਹੀ ਦੇ ਦੇ ਤੇ ਆਪਾਂ ਚੱਲ ਲਾ ਲਈਏ ਬੱਟੀਆਂ ਆਪਾਂ ਖੋਲ ਹੀ ਲੈਣੇ ਬੈਨ ਨੇ ਰਾਜਨ ਨੂੰ ਦੇਖਦੇ ਆ ਕੱਲਾ ਰਾਜਨ ਕੰਪੀਟ ਕਰਾ ਦਿੰਦੇ ਖੋਲ ਹੀ ਦਿੰਦੇ ਆ ਮੇਰੇ ਫੇਵਰਿਟ ਚਿਪਸ ਨੇ ਵੈਸੇ ਤੁਸੀਂ ਜਿਹੜੇ ਫਿਲਹਾਲ ਜਿਹੜੇ ਚਿਪਸ ਆਪਾਂ ਟਰਾਈ ਕੀਤੇ ਨੇ ਤੁਸੀਂ ਉਹਨਾਂ ਨੂੰ ਕਿਹੜੇ ਕਿਹੜੇ ਟਰਾਈ ਕੀਤੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਥੋੜੇ ਕੈਨੇਡੀਅਨ ਜੇ ਵੀ ਹੈਗੇ ਜੀ ਇਹ ਫਲੈਕਸ ਕਰ ਰਿਹਾ ਕਿ ਕੈਨੇਡਾ ਰਹਿੰਦੇ ਆਪਾਂ ਉਹ ਨਹੀਂ ਨਹੀਂ ਕੱਢੀ ਹੋਈ ਗੱਲ ਲਿਆ ਖਵਾ ਯਾਰ ਗੋਟ ਇਟ ਗੋਟ ਇਟ ਮੂੰਹ ਆਡੋ ਬੜਾ ਸਾ ਆ ਕਰੋ ਲੱਕੀ ਜੀ ਆਹ ਦੇ ਯਾਰ ਸਵਾਦ ਹੈ ਆਹ ਫਿੱਕੇ ਜਿਹੜੇ ਯੈਲੋ ਵਾਲੇ ਯੈਲੋ ਲੇਜ਼ ਆ ਇਹ ਨਾਮ ਕੀ ਆ ਲੇਜ਼ ਸਾਲਟਡ ਪਲੇਨ ਸਾਲਟ ਯਾਰ ਉਹ ਨਾਮ ਬਤਾਓ ਉਹ ਯਾਰ ਯੈਲੋ ਲੇਜ਼ ਨਾਂ ਥੋੜੀ ਪੜੀ ਦਾ ਹੁੰਦਾ ਨਾਮ ਬਤਾਓ ਆਹ ਬਸ ਕੱਚਾ ਪੀਲਾ ਯਾਰ ਨਹੀਂ ਨਾਮ ਤਾਂ ਦੱਸ ਦੇ ਸਾਲਟਡ ਲੇਜ਼ ਸਾਲਟਡ ਇਹਨਾਂ ਦੋਵਾਂ ਨੂੰ ਪੁਆਇੰਟ ਜਾਂਦਾ ਕਰਮ ਬੋਲ ਨਹੀਂ ਰਿਹਾ ਕੁਝ ਉਹ ਭਰਾਵਾ ਹੁਣ ਮੈਂ ਕੀ ਕਰਾਂ ਯਾਰ ਇਗਨੋਰ ਕਰਨ ਦਾ ਤੇਰਾ ਪੁਆਇੰਟ ਕੱਟਿਆ ਗਿਆ ਮੈਨੂੰ ਆਇਆ ਪਤਾ ਹੀ ਨਹੀਂ ਯਾਰ ਹੋਰ ਕੁਝ ਸਾਰੇ ਮਸਾਲੇ ਕਟਾ ਦੇ ਘਰ ਪੁੱਛ ਰਿਹਾ ਨਾ ਬਸ ਉਹਦਾ ਜਵਾਬ ਦੋ ਫਾਲਤੂ ਮੇਰੇ ਨਾਲ ਬਾਤ ਬਾਜੀ ਨਹੀਂ ਕਰਨੀ ਏ ਬੋਰੀ ਹੋਸਟੀ ਦੋਲ ਵੇ ਰਾਈਟ ਥੋੜਾ ਅੱਡਾ 2 ਕਿਲੋ ਲਾਸਟ ਪੈਕਟ ਹੋਸਟੀ ਦੋਲ ਵੇ ਰਾਈਟ ਬ్రో ਓ ਗੰਦ ਪੈ ਗਿਆ 50000 ਸਬਸਕ੍ਰਾਈਬਰ ਗਾਇਸ 50000 ਸਬਸਕ੍ਰਾਈਬਰ ਆਂਦੋ ਜੀ ਆਂਦੋ ਮੂੰਹ ਆੜੋ ਆੜੋ ਆੜਦੀ ਆ ਮੂੰਹ ਆੜੋ ਓਏ ਬੇਟਾ ਆੜੋ ਆਹਾ ਆਹਾ ਮਾਰੋ ਕਰਨ ਪਗੜੇ ਲੱਗੇ ਵਧੀਆ ਫਲੇਵਰ ਹੈ ਆ ਬੇਟੇ ਬੇਟੇ ਮੌਜ ਕਰਦੀ ਬੇਟੇ ਓ ਨੀਲੇ ਲਈ ਅਸੀਂ ਨਾ ਬੋਲੋ ਅਚਾਰੀ ਮਸਤੀ ਕੁਛ ਨਾ ਬਤਾਓ ਹੋਰ ਦੇ ਯਾਰ ਉਹ ਨੀਲਿਆਂ ਦਾ ਅਚਾਰੀ ਮਸਤੀ ਨਾ ਹੁੰਦਾ ਸੀ ਨੀਲਿਆਂ ਨੂੰ ਯਾਰ ਮਸਾਲਾ ਮਸੂਲਾ ਕਹਿੰਦੇ ਆ ਕੋਈ ਅਚਾਰੀ ਮਸਾਲਾ ਮਸਾਲਾ ਇਦਾਂ ਕੁਛ ਹੋਣਾ ਫਿਰ ਪਤਾ ਨਹੀਂ ਨੀਲੇ ਹੀ ਆ ਪਤਾ ਨਹੀਂ ਮੈਨੂੰ ਦੱਸੋ ਮੈਨੂੰ ਲੱਗ ਰਿਹਾ ਫਾਈਨਲ ਕਰਕੇ ਦੱਸੋ ਖਵਾਈ ਥੋੜੇ ਨਾ ਬੋਲੋ ਵੀਰ ਯਾਰ ਸ਼ਾਇਦ ਨਹੀਂ ਮੈਨੂੰ ਸ਼ੋਰ ਨਹੀਂ ਆ ਪਰ ਸ਼ਾਇਦ ਚੈੱਕ ਕਰ ਲਾ ਮੂੰਹ ਆੜੋ ਮੈਨੂੰ ਤਾਂ ਯਾਰ ਇਹ ਸਵਾਦ ਨਹੀਂ ਲੱਗਦੇ ਇਹਨੇ ਬਲੂ ਲੇਜ਼ ਦੀ ਆ ਬਲੂ ਲੇਜ਼ ਵਾਲਾ ਓਏ 1 ਹੋਰ ਪਏ ਸੀ ਲਾਸਟ ਤੇ ਇਹ ਤਾਂ ਤੁਹਾਨੂੰ ਪਤਾ ਹੋਣਾ ਸੋ ਮੈਂ ਕਰਾਣੀ ਨਹੀਂ ਹੈ ਚੈੱਕ ਇੰਡੀਅਨ ਮਸਾਲਾ ਅਚਾਰੀ ਮਸਤੀ ਮੈਜਿਕ ਮਸਾਲਾ ਓਏ ਮੈਜਿਕ ਮਸਾਲਾ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਗੇਮ ਦੇ ਵਿਨਰ ਜਿਵੇਂ ਕਿ ਤੁਹਾਨੂੰ ਪਤਾ ਅਸੀਂ ਤੇ ਰਾਜਨ ਦੀ ਲੀਗ ਤੋਂ ਬਾਹਰ ਹਾਂ ਓਏ 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 ਰਾਜਨ ਨਹੀਂ ਹੈਗਾ ਓਏ ਓਏ ਮੈਂ ਹੱਥ ਖੜਾ ਕਰਦਾ ਫਿਰ ਓਕੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਗੇਮ ਦੇ ਵਿਨਰ ਹੈਗੇ ਨੇ ਰਾਜਨ ਰਾਜਨ ਜੀ ਥੈਂਕ ਯੂ ਬਿਗ ਵਿਨਰ ਆਫ ਚਿਪਸ ਚੈਲੰਜ ਲਾ ਲਓ ਪੱਟੀ ਹੋ ਉਹ ਭਰਾਵਾ ਇਹਨੂੰ ਕੀ ਕੀਤਾ ਮੇਰੀ ਪੱਗ ਨਾ ਲੈ ਰਾਜਨ ਤੈਨੂੰ ਚਿਪਸ ਖਾ ਕੇ ਜੰਮਿਆ ਲੱਗਦਾ ਘਰ ਦਿਆਂ ਗੁੜਤੀ ਮਿਲੀ ਇਹਨੂੰ ਚਿਪਸ ਮਿਲੀ ਆ ਗੋਲੇ ਨਹੀਂ ਕਰਕੇ ਜਾਇਆ ਕਰੋ।